ਸਸ਼ਵੀਰਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੋਰੀਆ ਅੱਜ ਦੇ ਦਿਨ ਜੋ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਦੇ ਵਿੱਚ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ ਜਿਸ ਦੇ ਵਿੱਚ ਇੱਕ ਨੌਲੇਜ ਨੂੰ ਜੇਕਰ ਆਪਾਂ ਗੱਲ ਕੀਤੀ ਜਾਵੇ ਅਜੋ ਨੌਲੇਜ ਸ਼ੇਅਰ ਕਰਨ ਨੂੰ ਲੈ ਕੇ ਸਮਝੌਤਾ ਹੋਇਆ ਹੈ ਕਿ 18 ਵਿਭਾਗਾਂ ਨੂੰ ਲੈ ਕੇ ਜਿਹੜੇ ਆਪਸ ਦੇ ਵਿੱਚ ਨੌਲੇਜ ਸ਼ੇਅਰ ਕੀਤੇ ਜਾਵੇਗੀ ਅਤੇ ਉਸ ਤੋਂ ਬਾਅਦ ਜਿਹੜਾ ਹਲੇ ਅੱਜ ਹੀ ਐਗਰੀਮੈਂਟ ਹੋਇਆ ਹੈ ਤੇ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਇਸ ਐਗਰੀਮੈਂਟ ਨੂੰ ਲੈ ਕੇ ਵਿਰੋਧ ਵੀ ਸ਼ੁਰੂ ਕਰ ਦਿੱਤਾ ਗਿਆ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਰਿਐਕਸ਼ਨ ਸਾਹਮਣੇ ਆਇਆ ਟਵਿੱਟਰ ਟਵੀਟ ਕਰਕੇ ਇਸ ਨੂੰ ਜਿਹੜਾ ਗਲਤ ਕਦਮ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਜਿਸ ਤਰੀਕੇ ਨਾਲ ਜੋ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦੇ ਵਿੱਚ ਜੋ ਨੋਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ ਹੈ ਕਿਤੇ ਨਾ ਕਿਤੇ ਇਹ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਲਤ ਫੈਸਲਾ ਲਿੱਤਾ ਗਿਆ ਇਹੋ ਜਿਹਾ ਐਗਰੀਮੈਂਟ ਜਿਹੜਾ ਇਹ ਸਾਫ ਤੌਰ ਤੇ ਦਰਸਾਉਂਦਾ ਹੈ ਕਿ ਹੁਣ ਪੰਜਾਬ ਦੀ ਸੱਤਾ ਦੇ ਵਿੱਚ ਸਿੱਧੇ ਤੌਰ ਤੇ ਦਿੱਲੀ ਸਰਕਾਰ ਦੀ ਜਿਹੜੀ ਇੰਟਰਫੀਰੈਂਸ ਹੋਏਗੀ ਜਿਹੜੇ ਫੈਸਲੇ ਲਿੱਤੇ ਜਾਣਗੇ ਤੇ ਜੋ ਵੀ ਪੰਜਾਬ ਦੇ ਵਿੱਚ ਜੋ ਸਰਕਾਰ ਕੰਮ ਕਰੇਗੀ ਉਹ ਕਿਤੇ ਨਾ ਕਿਤੇ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਫੀਰੈਂਸ ਹੋਏਗੀ ਦਿੱਲੀ ਸਰਕਾਰ ਦੀ ਇਹੋ ਜੇ तमाम ਜਿਹੜੇ ਟਵੀਟ ਸਾਹਮਣੇ ਆ ਰਹੇ ਨੇ ਫਿਰ ਚਾਹੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਤਾਂ ਬਲੈਕ ਡੇ ਕਹਿ ਦਿੱਤਾ ਗਿਆ ਕਿ ਇਹ ਪੰਜਾਬ ਦੇ ਲਈ ਕਾਲਾ ਦਿਨ ਹੈ ਜਿਸ ਤਰੀਕੇ ਨਾਲ ਅੱਜ ਜੋ ਪੰਜਾਬ ਆਪ ਦੀ ਮੌਜੂਦਾ ਸਰਕਾਰ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਇਹ ਫੈਸਲਾ ਲਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਦਿੱਲੀ ਸਰਕਾਰ ਦੇ ਨਾਲ ਜੋ ਇਹ ਨੋਲਜ ਸ਼ੇਅਰਿੰਗ ਐਗਰੀਮੈਂਟ ਕਰ ਲਿਆ ਤੇ ਕਿਤੇ ਨਾ ਕਿਤੇ ਉਹਨਾਂ ਨੇ ਪੰਜਾਬ ਦਾ ਸਿਰ ਝੁਕਾ ਤੈਪ ਜਿਹੜਾ ਹੈ ਉਸ ਤੋਂ ਇਲਾਵਾ ਜੋ तमाम ਰਿਐਕਸ਼ਨ ਆ ਰਹੇ ਨੇ ਔਰ ਰਿਐਕਸ਼ਨਸ ਦੇ ਰਾਹੀਂ ਇਸ ਫੈਸਲੇ ਨੂੰ ਜਿਹੜਾ ਹੈ ਗਲਤ ਹੀ ਦੱਸਿਆ ਜਾ ਰਿਹਾ ਹੈ ਕਿ ਜਦ ਵਿਰੋਧ ਹੋਣਾ ਸ਼ੁਰੂ ਹੋਇਆ ਤੇ ਹੁਣ ਭਗਵੰਤ ਮਾਨ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਸਪਸ਼ਟੀਕਰਨ ਦਾ ਵੀ ਵੀਡੀਓ ਸਾਹਮਣੇ ਆ ਗਿਆ ਉਹਨਾਂ ਨੇ ਜਿਹੜਾ ਹੈ ਲਾਈਵ ਹੋ ਕੇ ਜਿਹੜਾ ਸਪਸ਼ਟੀਕਰਨ ਦਿੱਤਾ ਤੇ ਆਸਪਸ਼ਟੀਕਰਨ ਦੇ ਵਿੱਚ ਉਹਨਾਂ ਨੇ ਕੀ ਕੁਝ ਚੀਜ਼ਾਂ ਕਹੀਆਂ ਨੇ तमाम ਚੀਜ਼ਾਂ ਨੂੰ ਲੈ ਕੇ ਜ਼ਰੂਰ ਅਸੀਂ ਤੁਹਾਨੂੰ ਪੂਰੀ ਗੱਲ ਵੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਜਿਹੜੀ ਹੈ ਬਹੁਤ ਜਿਹੜਾ ਕ੍ਰਕਸ ਦੇ ਵਿੱਚ ਜਾਣਕਾਰੀ ਦੇ ਦੇਣੀ ਹੈ ਕਿ ਕਿਸ ਤਰੀਕੇ ਨਾਲ ਜਿਹੜੇ-ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸਵਾਲ ਚੁੱਕੇ ਗਏ ਉਹਨਾਂ ਨੂੰ ਜਿਹੜਾ ਬਹੁਤ ਹੀ ਖਰੀਆਂ ਖਰੀਆਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਣਾਉਂਦੇ ਨਜ਼ਰ ਆਏ ਜਿਸ ਦੇ ਵਿੱਚ ਗੱਲ ਹੋਈ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜੋ ਸਪਸ਼ਟੀਕਰਨ ਦਿੱਤਾ ਉਸ ਦੇ ਵਿੱਚ ਗੱਲ ਕਲੀਅਰ ਕੀਤੀ ਕਿ ਜਿਹੜਾ ਇਹ ਫੈਸਲਾ ਹੈ ਜੋ ਐਗਰੀਮੈਂਟ ਹੈ ਉਹ ਪੰਜਾਬ ਦੇ સુધાર ਤੇ વિકાસ ਦੇ ਲਈ ਕਿਤੇ ਨਾ ਕਿਤੇ ਸਿਹਤ ਪੱਖੋਂ ਉਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਜਿਕਰ ਅਗਰ ਸਿੱਖਿਆ ਵਿਭਾਗ ਦੇ ਜੋ ਹਾਲਾਤ ਦੇਖੇ ਜਾਣ ਉਸ ਪੱਖੋਂ ਪੰਜਾਬ ਜਿਹੜਾ ਹੈ ਕਾਫੀ ਹੱਦ ਤੱਕ ਦਿੱਲੀ ਦੇ ਨਾਲੋਂ ਪਿੱਛੇ ਹੈ ਤੇ ਹੁਣ ਦਿੱਲੀ ਦੇ ਵਿੱਚ ਚਾਹੇ ਗੱਲ ਕੀਤੀ ਜਾਵੇ ਹੈਲਥ ਸੈਕਟਰ ਦੀ ਚਾਹੇ ਗੱਲ ਹੋਵੇ ਐਜੂਕੇਸ਼ਨਲ ਸੈਕਟਰ ਦੀ ਕਾਫੀ ਵਿਕਾਸ ਹੋਇਆ ਹੈ ਤੇ ਉਹ ਸਾਰੀ ਚੀਜ਼ਾਂ ਨੂੰ ਅਸੀਂ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਲੈ ਕੇ ਆਵਾਂਗੇ ਤੇ ਪੰਜਾਬ ਦੇ ਜਿਹੜੇ ਸਕੂਲਸ ਨੇ ਹਸਪਤਾਲ ਨੇ ਉਹਨਾਂ ਨੂੰ ਵੀ ਜਿਹੜਾ ਹੋਰ ਵਧੀਆ ਬਣਾਵਾਂਗੇ ਯਾਨੀ ਕਿ ਜਿਹੜਾ ਉੱਥੇ ਬੱਚਿਆਂ ਨੂੰ ਸਹੂਲਤਾਂ ਮਿਲਣਗੀਆਂ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਸਰਕਾਰੀ ਸਕੂਲ ਵਧੀਆ ਲੱਗਣਗੇ ਸਰਕਾਰੀ ਹਸਪਤਾਲ ਦੇ ਵਿੱਚ ਵਧੀਆ ਸਹੂਲਤਾਂ ਮਿਲਣਗੇ तमाम ਚੀਜ਼ਾਂ ਨੂੰ ਲੈ ਕੇ ਪਹਿਲਾਂ ਭਗਵੰਤ ਮਾਨ ਨੇ ਸਪਸ਼ਟੀਕਰਨ ਦਿੱਤਾ ਉਸ ਤੋਂ ਬਾਅਦ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂਆ ਵੱਲੋਂ ਟਵਿੱਟਰ ਤੇ ਟਵੀਟ ਕਰਕੇ ਜੋ ਗੱਲਾਂ ਕਹੀਆਂ ਗਈਆਂ ਜੋ ਵਿਰੋਧ ਕੀਤਾ ਕਿ ਇਸ ਐਗਰੀਮੈਂਟ ਦਾ ਉਹਨਾਂ ਨੂੰ ਵੀ ਖਰੀਆਂ-ਖਰੀਆਂ ਸੁਣਾਉਣ ਦੀ ਨਜ਼ਰ ਆਏ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਕਹੀ ਹੈ ਸੁਖਬੀਰ ਬਾਦਲ ਜੀ ਨੂੰ ਲੈ ਕੇ ਜਿਸ ਦੇ ਵਿੱਚ ਗੱਲ ਹੋਈ ਹੈ ਸੁਖਬੀਰ ਬਾਦਲ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਜੋ ਫਰਜ਼ੀ ਡਾਕੂਮੈਂਟ ਜਾਰੀ ਕਰ ਰਹੇ ਹੋ ਬਹੁਤ ਦੁਖਦਾਇਕ ਹੈ ਬਹੁਤ ਸ਼ਰਮਨਾਕ ਬਹੁਤ ਦਰਦਨਾਕ ਗੱਲ ਹੈ ਕਹਿੰਦੇ ਉਸ ਦੇ ਵਿੱਚ ਇਹ ਵੀ ਗੱਲ ਹੋਈ ਹੈ ਕਿ ਹੁਣ ਅਸੀਂ ਪੰਜਾਬ ਦਾ ਵਿਕਾਸ ਕਰਨ ਦੀ ਸੋਚ ਰਿਹਾ ਹਾਂ ਤੇ ਤੁਸੀਂ ਉਸ ਦੇ ਵਿੱਚ ਵੀ ਇਸ ਤਰੀਕੇ ਨਾਲ ਅੜਿੱਕਾ ਪਾ ਰਹੇ ਹੋ ਉਸ ਦਿਨ ਵਾਲੀ ਇਹ ਵੀ ਗੱਲ ਕਹੀ ਕਿ ਤੁਸੀਂ ਵੀ ਤਾਂ ਵਿਦੇਸ਼ੀ ਦੌਰੇ ਤੇ ਗਏ ਸੀ ਮਤਲਬ ਕਿ ਜਦ ਉਹਨਾਂ ਦੀ ਸਰਕਾਰ ਸੀ ਉਸ ਦੌਰਾਨ ਜਿਹੜਾ ਸੁਖਬੀਰ ਬਾਦਲ ਵੀ ਜਿਹੜਾ ਵਿਦੇਸ਼ੀ ਦੌਰੇ ਕਰਦੇ ਰਹੇ ਨੇ ਉਹਨਾਂ ਵੱਲੋਂ ਉਸੀ ਸਿੱਖਣ ਜਾਂਦੇ ਹੁੰਦੇ ਸੀ ਕਿ ਕਿਸ ਤਰੀਕੇ ਨਾਲ ਪਰਾਲੀ ਤੋਂ ਜਿਹੜੀ ਇਹ ਬਿਜਲੀ ਬਣਾਈ ਜਾ ਸਕਦੀ ਹੈ ਤਮਾਮ ਚੀਜ਼ਾਂ ਖੁਦ ਭਗਵੰਤ ਮਾਨ ਜਿਹੜੇ ਕਹਿੰਦੇ ਨਜ਼ਰ ਆਇਆ ਤਮਾਮ ਜਿਹੜੀਆਂ ਚੀਜ਼ਾਂ ਨੇ ਹੋਰ ਜਾਣਕਾਰੀ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖੋਗੇ ਤਾਂ ਤੁਹਾਨੂੰ ਜ਼ਰੂਰ ਪਤਾ ਲੱਗ ਜਾਏਗਾ ਕਿ ਕਿਸ ਤਰੀਕੇ ਨਾਲ ਭਗਵੰਤ ਮਾਨ ਨੇ ਸਾਰੇ ਹੀ ਵਿਰੋਧੀ ਰਾਜਨੀਤਿਕ ਪਾਰਟੀ ਦੇ ਜਿਹੜੇ ਆਗੂ ਹੈ ਜਿਨ੍ਹਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਉਹਨਾਂ ਨੂੰ ਕਾਫੀ ਖਰੀਆਂ-ਖਰੀਆਂ ਸੁਣਾਈਆਂ ਉਸ ਦੇ ਨਾਲ ਹੀ ਉਹ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਇਹ ਜਿਹੜਾ ਐਗਰੀਮੈਂਟ ਹੈ ਇਹ ਨੌਲੇਜ ਸ਼ੇਅਰਿੰਗ ਡਾਕੂਮੈਂਟ ਹੈ ਇਸ ਨੂੰ ਪੜਨ ਦੇ ਲਈ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ ਤੇ ਲिटल ਨੌਲੇਜ ਇਜ਼ ਟੂ ਡੇਂਜਰਸ ਇਹ ਜਿਹੜਾ ਹੈ ਇਹ ਤੰਜ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਤੇ ਕੱਸਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਤੇ ਕੱਸਿਆ ਤੇ ਇਸ ਦੇ ਨਾਲ ਹੀ ਕਿਉਂਕਿ ਕਾਂਗਰਸੀ ਜਿਹੜੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਵੱਲੋਂ ਵੀ ਇਸ ਐਗਰੀਮੈਂਟ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਨੂੰ ਵੀ ਜਿਹੜਾ ਹੈ ਭਗਵੰਤ ਮਾਨ ਪੰਜਾਬ ਦੇ ਸੀਐਮ ਜਵਾਬ ਦਿੰਦੇ ਨਜ਼ਰ ਆਏ ਤੇ ਉਹਨਾਂ ਵੱਲੋਂ ਉਹਨਾਂ ਨੂੰ ਇਹ ਜਵਾਬ ਦਿੱਤਾ ਗਿਆ ਕਿ ਤੁਹਾਡੇ ਆਪਣੇ ਮੁੱਖ ਮੰਤਰੀ ਦੇ ਘਰ ਜਿਹੜਾ ਹੈ 4.5 ਸਾਲ ਵਿਦੇਸ਼ੀ ਮਹਿਮਾਨ ਜਿਹੜਾ ਚੀਫ ਸਕੱਰੇਟਰੀ ਲਾਉਂਦੇ ਸੀ ਵਿਦੇਸ਼ੀ ਮਹਿਮਾਨ ਐਸਐਸਪੀ ਲਾਉਂਦੇ ਸੀ ਵਿਦੇਸ਼ੀ ਮਹਿਮਾਨ ਡੀਜੀਪੀ ਲਾਉਂਦੇ ਸੀ ਤੇ ਤੁਸੀਂ ਉਦੋਂ ਸਿਰਫ ਚਿੱਠੀਆਂ ਲਿਖਦੇ ਰਹੇਗੇ ਤੇ ਹੁਣ ਜਿਹੜਾ ਇਸ ਤਰੀਕੇ ਨਾਲ ਤੁਸੀਂ ਇਸ ਗੱਲ ਦਾ ਵਿਰੋਧ ਕਰ ਰਹੇ ਹੋ ਪਰ ਹੁਣ ਅਸੀਂ ਗੱਲ ਪੰਜਾਬ ਦੇ ਵਿਕਾਸ ਤੇ ਸੁਧਾਰ ਦੀ ਕਰ ਰਹੇ ਹਾਂ ਟੀਵੀ ਤੇ ਆਉਣ ਦੇ ਲਈ ਸਿਰਫ ਵਿਰੋਧ ਨਾ ਕਰੋ ਇਹੋ ਜੀ ਜਿਹੜੀ ਗੱਲ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਭਗਵਾਨਤਮਾਨ ਵੱਲੋਂ ਬਾਕੀ ਤੁਸੀਂ ਵੀਡੀਓਜ਼ ਪੂਰੀ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਜ਼ਰੂਰ ਸਮਝ ਆ ਜਾਵੇਗਾ ਕਿਸ ਤਰੀਕੇ ਨਾਲ ਜਿਹੜਾ ਪੰਜਾਬ ਦੇ ਮੁੱਖ ਮંત્રી ਇਹਨਾਂ ਸਾਰੇ ਆਗੂਆਂ ਨੂੰ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਦੇ ਵਿੱਚ ਉਸ ਦੇ ਇਲਾਵਾ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ ਉਹਨਾਂ ਨੂੰ ਵੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਖਰੀਆ ਖਰੀਆ ਸੁਣੋਂਦੇ ਨਜ਼ਰ ਆਏ ਕਿਉਂਕਿ ਉਹਨਾਂ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਜਦੋਂ ਇਸ ਐਗਰੀਮੈਂਟ ਦਾ ਵਿਰੋਧ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਵੀ ਖਰੀਆ ਸੁਣਾਈਆਂ ਉਹਨਾਂ ਵੱਲੋਂ ਗੱਲ ਕਹੀ ਗਈ ਕਿ ਹੁਣ ਜਦ ਮੈਂ ਚੰਗਾ ਫੈਸਲਾ ਲਿਆ ਹੈ ਪੰਜਾਬ ਦੇ ਵਿਕਾਸ ਤੇ ਸੁਧਾਰ ਬਾਰੇ ਸੋਚ ਰਿਹਾ ਹੈ ਕਿ ਸਿਰਫ ਵਿਰੋਧ ਨਾ ਕੀਤਾ ਜਾਵੇ ਉਸ ਦੇ ਵਿੱਚ ਇਹ ਵੀ ਗੱਲ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਖੁਦ ਨੂੰ ਪਹਿਲਾਂ ਕਾਂਗਰਸ ਤੋਂ ਮਨਜ਼ੂਰ ਕਰਵਾ ਲੋ ਇਹ ਜਿਹੜੀ ਹੈ ਇਹ ਬਿਆਨ ਜਿਹੜਾ ਵੱਡਾ ਬਿਆਨ ਇਹ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਹਿ ਦਿੱਤਾ ਕਿ ਪਹਿਲਾਂ ਤੁਸੀਂ ਖੁਦ ਨੂੰ ਕਾਂਗਰਸ ਤੋਂ ਮਨਜ਼ੂਰਸ਼ੁਦਾਤਾ ਕਰਵਾ ਲੋ ਤੇ ਉਸ ਤੋਂ ਇਲਾਵਾ ਜਿਸ ਦੇ ਵਿੱਚ ਗੱਲ ਹੋ ਰਹੀ ਹੈ ਇਹ तमाम ਚੀਜ਼ਾਂ ਤੋਂ ਬਾਅਦ ਉਹਨਾਂ ਵੱਲੋਂ ਆ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ 44 ਸਾਲ ਰਾਜ ਕੀਤਾ ਤੇ ਹਲੇ ਤਾਂ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 44 ਦਿਨ ਵੀ ਨਹੀਂ ਹੋਏ ਐ ਪਰ ਅਸੀਂ ਅਸਲ ਦੇ ਵਿੱਚ ਪੰਜਾਬ ਨੂੰ ਮੁੜ ਪਹਿਲਾ ਵਾਂਗੂ ਜਿਹੜਾ ਬਣਾਉਣਾ ਚਾਹੁੰਦੇ ਆ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਇਸ ਕਰਕੇ ਪੰਜਾਬ ਦੇ ਹਿੱਤ ਦੇ ਲਈ ਹੀ ਫੈਸਲਾ ਲਵਾਂਗੇ ਪੰਜਾਬ ਦਾ ਅਨਾਜ ਖਾਣੇ ਆ ਪੰਜਾਬ ਦਾ ਪਾਣੀ ਪੀਣੇ ਆ ਤੇ ਇਸ ਕਰਕੇ ਪੰਜਾਬ ਦੇ ਨਾਲ ਧੋਖਾ ਨਹੀਂ ਕਰਾਂਗੇ ਪੰਜਾਬ ਦੀ ਜਨਤਾ ਸਾਡੇ ਤੇ ਵਿਸ਼ਵਾਸ ਕਰੇ ਜਿਹੜਾ ਐਗਰੀਮੈਂਟ ਹੈ ਪੰਜਾਬ ਦੇ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗਾ